ਬਣ ਗਿਆ ਫੇਰੀ ਵਾਲਾ ਸਾਰਾ ਯਾਰ ਆ ਉਹ ਫੇਰੀ ਲੈ ਲੋ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਮੇਰੇ ਸੋਹਣੇ ਧੀਆਂ ਪੁੱਤਰ ਠੀਕ ਹੈਣ ਖੁਸ਼ ਹੈਣ ਜਿੱਥੇ ਰਹਿਣ ਖੁਸ਼ ਰਹਿਣ ਖਰੀਏ ਸ ਰਹਿਣ ਆਬਾਦ ਰਹਿਣ ਹੱਸਦੇ ਰਹਿਣ ਮੁਸਕਰਾਉਂਦੇ ਰਹਿਣ ਮੇਰੀਆਂ ਦੁਆਵਾਂ ਮੇਰੇ ਧੀਆਂ ਪੁੱਤਰਾਂ ਦੇ ਨਾਲ ਨਾਲ ਇਹ ਜੀ ਕੋਈ ਆਲਮ ਸ਼ੇਰ ਦਾ ਪਿਆ ਸੀ ਲੋਹਿਆ ਮੇਰਾ ਆਲਮ ਸ਼ੇਰ ਕੰਮ ਕਰਦਾ ਸੀ ਪੀਟਰਾਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਤੇ ਮੁੜ ਬਖਤੇ ਨੂੰ ਤਾਂ ਵੱਲ ਨਹੀਂ ਆਉਂਦਾ ਪੀਟਰਾਂ ਦਾ ਉਹ ਕਾਰੀਗਰ ਹੀ ਨਹੀਂ ਉਸ ਵੇਲੇ ਬਣਿਆ ਬੱਚਾ ਅਤੇ ਉਹ ਜੀ ਸਾਨੂੰ ਅੱਜ ਕੋਈ ਥੋੜ ਪਈ ਪੈਸਿਆਂ ਦੀ ਸਾਡਾ ਸਕੂਟਰ ਖਰਾਬ ਸੀ ਅਤੇ ਅਸੀਂ ਆਖਿਆ ਵੀ ਚਲੋ ਇਹ ਵੇਚ ਕੇ ਜਿਹੜੇ ਕੋਈ 1500 ਦਾ ਹੋ ਗਿਆ ਅਸੀਂ ਥੋੜ੍ਹਾ ਸਕੂਟਰ ਸਹੀ ਕਰਾ ਲਵੀਏ ਵੇਖੋ ਨਾ ਸਾਡਾ ਮੋਟਰਸਾਈਕਲ ਪੈਂਚਰ ਹੋਇਆ ਪਿਆ ਅਤੇ ਮੈਂ ਆਖਿਆ ਜਾ ਬਹਾਦਰ ਸ਼ੇਰ ਆਪਾਂ ਇਹਨਾਂ ਨੂੰ ਕੀ ਕਰਨਾ ਲੋਹੇ ਨੂੰ ਮਿੱਟੀ ਖਾ ਜਾਣਾ ਅਤੇ ਇਹ ਸੰਦੂਕੜਾ ਸੀ ਇਹਦੇ ਵਿੱਚ ਮੇਰਾ ਪੁੱਤਰ ਹਥਿਆਰ ਰੱਖਦਾ ਸੀ ਦਿਲ 'ਤੇ ਤਾਂ ਮੁੜ ਬੜੀ ਬੀਤਦੀ ਹੈ ਪਰ ਮੁੜ ਕੀ ਕਰਾਂ ਸ਼ੁਕਰ ਤਾਂ ਅਲਹਮਦੁਲਿਲਾ ਰੱਬੇ ਲਾਲ ਅਮੀਨ ਉਹਦੀ ਜ਼ਾਤ ਦਾ ਲੱਖ ਲੱਖ ਵਾਰੀ ਸ਼ੁਕਰਾਨਾ ਹੁੰਦੀ ਗੜੀ ਨੂੰ ਦਿਲ 'ਤੇ ਬੀਤੇ ਨਾ ਬੀਤੇ ਮੁੜ ਕਾਰੋਬਾਰ ਤਾਂ ਦੁਨੀਆਂ ਦੇ ਕਰਨੇ ਨੇ ਅਤੇ ਇਹ ਜੀ ਕੋਈ ਥੋੜ੍ਹਾ ਜਿਹਾ ਲੋਹਿਆ ਸੀ ਅਤੇ ਮਿੱਟੀ ਖਾ ਜਾਣਾ ਮੈਂ ਆਖਾ ਦੇ ਕੇ ਤਾਂ ਚਲੋ ਸਕੂਟਰ ਸਹੀ ਕਰਵਾ ਲਓ ਪੈਟਰੋਲ ਪਹੁੰਚ ਜਾਵੇਗਾ ਜਬੋਕੇ ਨਜ਼ਰ ਪੈ ਗਈ ਔਰ ਜਲਦੀ ਜਲਦੀ ਜਾਣਾ ਜਬੋਕੇ ਜਾਂਦੇ ਔਰ ਆਪਣਾ ਲੋਹਾ ਸੇਲ ਕਰਨੇ ਔਰ ਸਾਡੇ ਜ਼ਾਹਿਰ ਜਿੰਨਾ ਬਿਲਕੁਲ ਪੰਚਰ ਹੋਇਆ ਪਿਆ ਜਿੰਨਾ ਹਵਾ ਵਗੈਰਾ ਭਰਾਉਂਦੇ ਹਾਂ ਔਰ ਕੁਛ ਨਾ ਮੋਟਰਸਾਈਕਲ ਨੂੰ ਠੀਕ ਕਰਾਉਂਦੇ ਹਾਂ ਬਸ ਜਿੰਨਾ ਦੁਆ ਹੈਗੀ ਸੀ ਅੱਲਾ ਤਾਂ ਨਵਾਂ ਦਿੰਦਾ ਲੇਕਿਨ ਹੁਣ ਫਿਰ ਪੁਰਾਣਾ ਤਾਂ ਫਿਰ ਪੁਰਾਣਾ ਹੀ ਸਰ ਕਿਉਂ ਮਾਜ ਅੱਛਾ ਅੱਲਾ ਪਾਕ ਦੇਗਾ ਜ਼ਰੂਰ ਦੇਗਾ ਹਾਂਜੀ ਸਰ ਇਨਸ਼ਾ ਅੱਲਾ ਅੱਲਾ ਦੇ ਗਾਰੇ ਚੋਂ ਮਿਹਨਤ ਰੱਖੀ ਸਰ ਠੀਕ ਹੈ ਮਾਜ
ਕੇ ਮੁੰਨੇ ਵਾਲੇ ਦੇ ਲੈਟ ਕੋਲ ਲੈ ਚੱਲ ਗਏ ਅਗਲੇ ਕੀ ਰੋਣਾ ਹੈ ਚੱਲ। ਹਾਂਜੀ ਹੋ ਗਿਆ ਛੇਤੀ ਸਟਾਰਟ ਬੰਦ ਹੀ ਨਹੀਂ ਕੀਤਾ। ਹਾਂਜੀ ਤਾਂ ਪਹਿਲੇ ਨੰਬਰ 'ਤੇ ਲੈਣੇ ਪੈਣੇ ਯਾਨੀ ਕਿ ਪਿੱਛੇ ਡਰਿੰਗ ਔਰ ਟਿੱਕੀਆਂ ਔਰ ਟਿੱਕ ਵਗੈਰਾ ਯਾਨੀ ਕਵ ਕਰ ਦੇਣਾ ਸਮਾਨ ਮੈਨੂੰ ਪਰ ਚਾਰ ਦੇਣਾ ਗਿਣਨਾ ਪੈਣਾ ਬਹਿ ਕੇ ਅਤੇ ਕਰ ਦਿੰਦਾ ਠੀਕ ਹੈ ਬੈਕ ਸਾਈਡ 'ਤੇ ਉਹਨੂੰ ਲੈਣਾ ਫਿਰ ਠੀਕ ਰਵਾ ਕਰ ਦਿੰਦਾ ਜਲਦੀ ਜਲਦੀ ਅਗਰ ਲੇਟ ਕਵ ਕਰੀ ਹੁੰਦੀ ਸੀ ਅੱਜ ਸਹੀਤ ਵਾਲੇ ਵੀ ਜਾਣਾ ਮਿਸਤਰੀ ਜੀ ਕੀ ਹੋ ਗਿਆ ਨੇ ਭਾਲ ਲਿਆ ਦੱਸੀ ਇਹਨੂੰ ਬੜਾ ਜ਼ਹਿਰ ਨਾਲ ਫਿੱਟ ਕੀਤਾ ਯਾ ਫੋਨ ਜੀ ਲਾ ਲੂ ਕੇ ਤੇ ਬੜਾ ਬਿਜੀ ਨਹੀਂ ਕਰ ਜਾਂਦਾ ਯਾਰ ਕਿੱਥੇ ਫੋਨ ਲੱਗੀ ਲੱਗੀ ਨਹੀਂ ਯਾਰ ਅਸਲੀ ਫੋਨ ਕਰ ਦੇ ਸਾਧਨ ਵੱਲੋਂ
ਗਾਇਸ ਕਾਫੀ ਚੈਰ ਹੋ ਗਿਆ ਇੱਥੇ ਬੈਠਿਆ ਨੂੰ, ਔਰ ਅਜੇ ਤੱਕ ਜਿਹੜਾ ਮੇਰਾ ਕੰਮ ਮਿਲਣਾ ਪੂਰਾ ਨਹੀਂ ਹੋਇਆ, ਟਾਇਰ ਵੀ ਫੋੜ ਦਿੱਤਾ ਜੀ। ਹਾਂ ਗਰਾਰੀ ਦੇ ਕਾਬਲੇ ਪਾ ਲਏ ਅਤੇ ਬਾਹਰੋਂ ਪਾ ਲਓ, ਉਹ ਵੀ ਕਰੋ। ਆ ਪਹਿਲੇ ਤਾਂ ਪੰਪ ਆਉਣਾ ਅੱਜ ਹੀ ਨਾ, ਕਾਫੀ ਸਾਰਾ ਨਾ, ਬਸ ਇੱਕ ਤਰ੍ਹਾਂ ਦਾ ਨਾ ਝਟਕਾ ਲੱਗ ਗਿਆ। ਹਾਂਜੀ ਅਤੇ ਮਾੜੀ ਜਿਹੀ ਨਾ ਸ਼ਾਮ ਲਾਉਂਦੇ ਹਾਂ, ਕਹਿੰਦਾ ਉੱਥੇ ਧੁੱਪ ਕਾਫੀ ਸਾਰੀ ਆ ਗਈ, ਔਰ ਮੈਂ ਜਿਹੜਾ ਇੱਥੇ ਕੁਰਸੀ ਪਾ ਕੇ ਛਾਂ 'ਤੇ ਬੈਠਾ, ਲੇਕਿਨ ਨਹੀਂ ਮੇਰੀ ਨਜ਼ਰਾਂ ਮੋਟਰਸਾਈਕਲ ਦੇ ਵਿੱਚ ਨੇ। ਲਾ ਦੇ ਲਾ ਦੇ ਫਿਰ ਆ ਕੇ ਕੀ ਕਰਨਾ। ਲਾ ਦੇ ਲਾ ਦੇ ਲਾ ਦੇ ਸਾਰਾ ਸ਼ੀਰਤ ਕੰਮ ਕਰ ਲੈਂਦਾ, ਜਦੋਂ ਤੰਬੂਆਂ ਦੀ ਲਾਉਣ ਦੀ ਵਾਰੀ ਆਉਂਦੀ ਨਾ ਉਦੋਂ ਕਹਿੰਦਾ ਯਾਰ ਨਾ ਹੀ ਲਾਉਣੇ ਪਵਾਂ। ਹੈਂ ਲਾ ਦੇ ਲਾ ਦੇ ਲਾ ਦੇ ਇਹ ਸ਼ੁਕਰ ਹੈ ਸ਼ਾਮ ਲਾ ਕੇ ਥੱਲੇ ਬਹਿ ਜਾਂਦਾ ਕੁਛ ਲੱਗੇ। ਉਸਤਾਦ ਤੇਰਾ ਨਿਕਲ ਗਿਆ ਮੋਟਰਸਾਈਕਲ ਖੁੱਲ ਜੀ ਗਾਇਸ, ਅਲਹਮਦੁਲਿਲਾ ਜੀ ਘਰ ਆ ਗਿਆ, ਔਰ ਮੇਰੀ ਹਾਲਤ ਚੈੱਕ ਕਰੋ, ਬਿਲਕੁਲ ਜਿਵੇਂ ਮੈਂ ਆਪ ਮੋਟਰਸਾਈਕਲ ਖੁਦ ਬੁਲਾਉਂਦਾ ਰਿਹਾ, ਲੇਕਿਨ ਪੈਸੇ ਇਹਦੇ ਤਾਂ ਕਾਫੀ ਸਾਰੇ ਲੱਗਦੇ ਸਨ, ਸਿਰਫ ਸਿਰਫ ਜਿਹੜਾ ਮੇਰਾ ਜਿੰਨਾ ਵੀ ਕਬਾੜ ਹੋਇਆ ਨਾ ਮੈਂ ਉਹਨੇ ਲਾਇਆ ਨਾ, ਇਹਦੇ ਰੀਜ਼ਨ ਹੈ ਕਿ ਮੇਰੇ ਕੋਲ ਜਿੰਨਾ ਪੈਸੇ ਕੋਈ ਨਹੀਂ ਸਨ, ਔਰ ਵੇਖ ਲਓ ਉਵੇਂ ਦੀ ਉਵੇਂ ਹਾਲਤ ਹੈ, ਜਿਹੜਾ ਮੈਂ ਬੁਲਾਇਆ ਲੈਣਾ ਉਹ ਵੀ ਸਿੱਟ ਰਿਹਾ। ਬਸ ਦੀ ਦੁਆ ਤਾਂ ਹੈਗੀ ਸੀ ਕਿ ਅੱਲਾਹ ਤਾਲਾ ਨਿਆ ਦਿੰਦਾ, ਹੁਣ ਨਿਆ ਤਾਂ ਪੈਸੇ ਨਹੀਂ ਹਨ, ਇੱਕ ਤਾਂ ਨਾ ਜੀ ਦਿਲ ਦੇ ਵਿੱਚ ਨਾ ਇੱਕ ਯਕਦਮ ਨਾ ਆਸੂ ਆ ਜਾਂਦੇ, ਪਤਾ ਨਹੀਂ ਕੀ ਮਸਲਾ ਬਣਿਆ ਹੋਇਆ। ਚਲੋ ਜੀ ਅੱਲਾਹ ਤਾਲਾ ਖੈਰ ਕਰ ਗਿਆ ਇਨਸ਼ਾਅੱਲਾ, ਮੈਨੂੰ ਉਮੀਦ ਹੈ ਕਿ ਮੇਰਾ ਕੰਮ ਹੋਵੇਗਾ ਇਨਸ਼ਾਅੱਲਾ, ਮੇਰੀ ਮਾਂ ਦੁਆ ਮੇਰੇ ਨਾਲ ਹੈ ਇਨਸ਼ਾਅੱਲਾ। ਉਹ ਕਹਿੰਦੇ ਨਾ ਕਿ ਜੀ ਮਾਂ ਦੁਆ ਹੋਵੇ ਨਾਲ, ਅਤੇ ਫਿਰ ਰੋਲਾ ਹੀ ਕੋਈ ਨਹੀਂ ਕਿਸੇ ਚੀਜ਼ ਦਾ, ਹਰ ਚੀਜ਼ ਮਿਲ ਜਾਂਦੀ ਅਗਰ ਜੇ ਮਾਂ ਦੁਆ ਨਾਲ ਹੋਵੇ। ਸਭ ਤੋਂ ਵੱਡੀ ਚੀਜ਼ ਮੇਰੇ ਕੋਲ ਇਹ ਕਿ ਮੇਰੀ ਮਾਂ ਦੁਆ ਮਿਲੇ, ਅਤੇ ਤੁਹਾਡੇ ਲਈ ਕਰਦੇ ਰਹਿੰਦੀ ਇਨਸ਼ਾਅੱਲਾ। ਇੱਧਰ ਪਤਾ ਨਹੀਂ ਆ ਵੀ ਚਲਾ ਗਈ, ਪਤਾ ਨਹੀਂ ਕੀ ਕਰੂ ਸੀ, ਅਤੇ ਜਾ ਕੇ ਚਲਦੀ। ਔਰ ਜੀ ਉਹ ਜੀ ਨਾ ਇੱਕ ਹੁਕਮ ਮੇਰੇ ਵਾਸਤੇ ਆਇਆ ਕਿ ਨਾ, ਹਾਂਜੀ ਮਾਂ ਜੀ ਹਾਂ ਉਹ ਬਸ ਜੀ ਉਹਨਾਂ ਕਿਹਾ ਵੀ ਅਸੀਂ ਘਰ ਦੇ ਵਿੱਚ ਨਹੀਂ ਲਵਾਉਣਾ, ਅਸੀਂ ਘਰ ਤੋਂ ਬਾਹਰ ਲਵਾਉਣਾ ਆਪਣੇ ਪਿੰਡ ਵਾਲਾ। ਹਾਂਜੀ ਹਾਂਜੀ ਤਾਂ ਨਾ ਗੱਲ ਹੁੰਦੀ ਵੀ ਯਾਨੀ ਕਿ ਸਾਡੇ ਜਿਹੜਾ ਪਿੰਡ ਹੈ ਨਲਕਾ ਲੱਗਣਾ ਸੀ, ਅਤੇ ਉਹਦੀ ਰੀਜ਼ਨ ਇਹ ਲੱਗੀ ਕਿ ਨਾ ਉਹਨਾਂ ਨੇ ਕਿਹਾ ਬਈ ਘਰ ਦੇ ਵਿੱਚ ਨਹੀਂ ਲੱਗਣਾ, ਘਰ ਤੋਂ ਬਾਹਰ ਲੱਗਣਾ, ਅਤੇ ਮੈਂ ਵੀ ਕਿਹਾ ਵੀ ਪਿੰਡ 'ਚ ਲੱਗਦਾ ਪਿਆ ਸੀ ਉਹ ਇੱਕ ਨਾ ਘਰ ਹੈਗਾ ਸੀ ਉਹਨਾਂ ਦੇ ਘਰ, ਵੀ ਨਾ ਸਾਡੇ ਤਾਂ ਆਪਣੇ ਮਲਕੀਅਤ ਨਹੀਂ, ਨਹੀਂ ਤੁਸੀਂ ਅਸੀਂ ਆਪਦੇ ਘਰ ਲਵਾ ਲੈਣਾ ਸੀ, ਫਿਰ ਮਲਕੀਅਤ ਦੇ ਨਾ ਹੋਤੇ ਨਾਲ, ਹਾਂਜੀ ਮਲਕੀਅਤ ਦੇ ਨਾ ਹੁੰਦਿਆਂ ਨਾਲ ਅਸੀਂ ਫਿਰ ਜਿੰਨਾ ਕਿਹਾ ਵੀ ਉੱਧਰ ਜਿੰਨਾ ਉਹਨਾਂ ਦੀ ਮਲਕੀਅਤ ਹੈ ਉੱਧਰ, ਹਾਂਜੀ ਅਤੇ ਉਹ ਜਿਨ੍ਹਾਂ ਦਾ ਹੈਗਾ ਨਾ ਉਹਨਾਂ ਵੱਲੋਂ ਯਾਨੀ ਕਿ ਜਿਹੜੇ ਨਵੀਨੇ ਹੈਗੇ ਨੇ ਉਹ ਯਾਨੀ ਕਿ ਜਿਹੜੇ ਉਹ ਖੂਹ ਮਿੱਠੇ ਖੂਹ ਵਾਲੇ ਉਹਨਾਂ ਦੇ ਨਾ ਉਹ ਖਾਲੀ ਹੋ ਗਈ ਪੂਰਾ, ਸ਼ਾਮ ਨੂੰ ਆ ਜਾਣੀ ਪੰਪ ਨਾ ਉਹ ਜੀ ਉਹਨਾਂ ਵਾਸਤੇ ਆਏ ਪੰਪ, ਪਿੰਡ ਵਾਸਤੇ ਯਾਨੀ ਕਿ ਸੱਤਾ ਖਾਤਾ ਯਾਨੀ ਕਿ ਸਾਰੇ ਪੀਵਣ, ਉਹ ਤਾਂ ਗਰੀਬ ਲੋਕ ਨੇ ਉਹਨਾਂ ਵਾਸਤੇ ਮਲੇ ਆਇਆ ਜੀ ਗਾਇਸ। ਅਲਹਮਦੁਲਿਲਾ ਜੀ ਆਪਣਾ ਕੰਮ ਨਿਪਟਾ ਕੇ ਨਾ ਯਾਨੀ ਕਿ ਉਹ ਜਿਹੜਾ ਫਿਲਟਰ ਵਾਲਾ ਨਲਕਾ ਹੈ ਨਾ ਮਿੱਠੇ ਪਾਣੀ ਵਾਲਾ ਹੋਰ ਲੱਗੇਗਾ ਹੁਣ ਬਾਹਰ ਘਰ ਤੋਂ, ਅੱਗੇ ਤਾਂ ਉਹਨਾਂ ਘਰ ਦੇ ਵਿੱਚ ਲਾਉਣਾ ਸੀ ਲੇਕਿਨ ਘਰ ਤੋਂ ਬਾਹਰ, ਤੋ ਇਹ ਰੀਜ਼ਨ ਬਣ ਗਈ। ਔਰ ਜੀ ਵੇਖੋ ਮੇਰੀ ਹਾਲਤ ਕਿਵੇਂ ਹੋਈ, ਔਰ ਮੈਂ ਜੀ ਇਸ ਵਲਾਗ 'ਚ ਕਰਨਾ ਜੀ ਐਂਡ, ਅਤੇ ਨੈਕਸਟ ਵਲਾਗ 'ਚ ਮਿਲਾਂਗੇ ਇਨਸ਼ਾਅੱਲਾ। ਕਿਸੇ ਵੀ ਲਾਕਰ ਆਪਣੇ ਬਾਈ ਲਈ ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਬੱਕਰੀ ਤੋਂ ਦੁਆ 'ਚ ਜ਼ਰੂਰ ਰੱਖਣਾ, ਤਬ ਤੱਕ ਲਾਫਿਜ਼। ਕਿਉਂਕਿ ਨਾ ਜੀ ਸਾਡੇ ਵੀਡੀਓ ਦੇ ਦੋ ਪਾਰਟ ਹੁੰਦੇ ਨੇ, ਡੈਡੀ ਦੇ ਨਾਲ ਦੋ ਪਾਰਟ ਯਾਨੀ ਕਿ ਕੁਛ ਸੁਬਹ ਤੋਂ ਲਾ ਕੇ ਔਰ ਬਾਰਾਂ
ਇੱਕ ਵਜੇ ਤੱਕ ਜਾਣੀ ਮੇਰੀ ਕੰਪਲੀਟ ਹੋ ਜਾਂਦੀ ਹੈ, ਔਰ ਉਸ ਤੋਂ ਬਾਅਦ ਫਿਰ ਜਾਣਾ ਸ਼ੁਰੂ ਹੋ ਜਾਂਦੀ ਹੈ, ਯਾਨੀ ਕਿ ਇੱਕ ਦਿਨ ਦੇ ਦੋ ਪਾਰਟ ਆਉਂਦੇ ਨੇ। ਤਾਂ ਜੀ ਹੁਣ ਤੁਸੀਂ ਜਾਣਾ ਹੈ ਸੈਯਦ ਵਾਲੇ, ਇਨਸ਼ਾਅੱਲਾ ਆਪਣਾ ਬਹੁਤ ਸਾਰਾ ਖਿਆਲ ਰੱਖੋ, ਵਕਤ ਨੂੰ ਦਵਾ 'ਚ ਜ਼ਰੂਰ ਯਾਦ ਰੱਖੋ, ਅਤੇ ਤਦ ਤੱਕ ਲਈ ਅੱਲਾ ਹਾਫਿਜ਼।